ਅੱਜ ਗੱਲ ਕਰਦੇ ਹਾਂ ਜੀ ਕਬੋਟਾ MU 5502 ਫੋਰ ਵੀਲ ਡਰਾਈਵ 3 ਸਪੀਡ ਦੇ ਵਿੱਚ ਨਿਊ ਮਾਡਲ ਲਾਂਚ ਕੀਤਾ ਗਿਆ ਕੰਪਨੀ ਵੱਲੋਂ। ਜੋ ਫਰੰਟ ਟਾਇਰ ਸਾਈਜ਼ ਹੈ 9524 ਦਾ ਜੀ ਇਹਦਾ, ਅਤੇ 55 HP ਦੇ ਵਿੱਚ ਆਉਂਦਾ ਜੀ, 12 ਫਾਰਵਰਡ 4 ਰਿਵਰਸ ਗੇਅਰ ਦੇ ਵਿੱਚ। ਵਾਰੰਟੀ ਦੀ ਗੱਲ ਕਰ ਲਈਏ ਜੀ, 5 ਸਾਲ 5000 ਘੰਟੇ ਦੀ ਇਹਦੀ ਵਾਰੰਟੀ ਹੈ ਜੀ। ਕਲੱਚ ਵੀ ਸਾਈਡ 'ਤੇ ਆ ਰਿਹਾ, ਪੀਟੀਓ ਕਲੱਚ ਲੋ ਹਾਈ ਮੀਡੀਅਮ ਐਂਡ ਰਿਵਰਸ, 12 ਗੇਅਰ ਅੱਗੇ ਨੂੰ ਹੈ ਜੀ, 4 ਪਿੱਛੇ ਨੂੰ ਹੈ ਜੀ, 4 ਗੇਅਰ ਆ ਗਿਆ ਲੀਵਰ। ਬਹੁਤ ਹੀ ਵਧੀਆ ਪਲੇਟਫਾਰਮ, ਰੇਸ ਐਂਡ ਕਲਸਟਰ। ਜੋ ਇਹਦੇ ਪਿਛਲੇ ਟਾਇਰ ਆ ਜੀ 16928 ਦੇ ਆ ਦੋਸਤੋ। ਇਹਦੀ ਲੈਫਟ ਕਪੈਸਿਟੀ ਹੈ ਜੀ 1800 ਤੋਂ 2100 ਦੇ ਵਿੱਚ, ਅਤੇ PTO ਤੁਸੀਂ ਇਹ 'ਚ ਰਿਵਰਸ ਵੀ ਲੈ ਸਕਦੇ ਹੋ, 540 750 ਵੀ ਆਉਂਦੀ ਆ, ਰਿਵਰਸ ਮਿਲ ਰਿਵਰਸ ਵੀ ਮਿਲ ਜੂ। ਡਬਲ ਐਕਟਿੰਗ ਬਾਲ, ਅਤੇ ਫਿਊਲ ਟੈਂਕ ਆ ਜੀ ਇਹਦਾ 65 ਲੀਟਰ ਦਾ ਜੀ ਫਿਊਲ ਟੈਂਕ ਆਉਂਦਾ ਜੀ ਇਹਦਾ। ਬ੍ਰੇਕ ਇਹਦੇ ਬਿੱਟ ਬ੍ਰੇਕ ਆ ਰਿਹਾ ਜੀ, 55 HP ਦੇ ਵਿੱਚ ਇੰਜਣ ਆਉਂਦਾ ਜੀ, ਡਰਾਈ ਏਨ ਕਲੀਨਰ ਦੇ ਵਿੱਚ ਆ ਰਿਹਾ ਵਾ। ਜੋ ਇਹਦੀ CC ਦੀ ਗੱਲ ਕਰ ਲਈਏ, ਟਰੈਕਟਰ ਦੀ CC ਹੈਗੀ 2434 CC ਦੇ ਵਿੱਚ ਆ ਰਿਹਾ ਟਰੈਕਟਰ, ਟਰਬੋ ਦੇ ਨਾਲ। ਫਰੰਟ 'ਤੇ ਬੈਂਟਰੀ ਆ ਜਾਂਦੀ ਹੈ ਜੀ, 4 ਸਿਲੰਡਰ ਦੇ ਵਿੱਚ ਮੋਟਰ ਦਾ ਫਿਊਲ ਟੈਂਕ ਆ ਗਿਆ ਜੀ ਇਹਦਾ, 4 ਸਿਲੰਡਰ ਦੇ ਵਿੱਚ ਆਉਂਦਾ ਜੀ ਇਹ। ਸਾਰੀਆਂ ਕੰਪਨੀਆਂ ਨਾਲ ਬੈਸਟ, ਅਤੇ ਵਾਈਬ੍ਰੇਸ਼ਨ ਜਮੇ ਹੀ ਨਹੀਂ ਹੈਗੀ ਟਰੈਕਟਰ ਦੇ ਵਿੱਚ ਜੀ, 0 ਆ। ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਐਂਡ ਲਾਈਕ ਜ਼ਰੂਰ ਕਰਿਓ ਜੀ। ਧੰਨਵਾਦ ਸਾਰਿਆਂ ਦਾ।